ਮੇਰੇ ਕੋ ਨਹੀਂ ਹੋ ਤੁਹਾਡੇ ਮਾਪੇ ਨਾ ਰਿਹਾ ਜਾਂਦਾ। ਆਂਦੀ ਉਪੋਛਦਾ ਕਿਉਂ? ਤੂੰ ਸਾਰੀ ਦਿਹਾੜੀ ਕੰਮ ਕਰਦਾ ਰਹੀ ਨਾ ਇਹ ਸਾਰੀ ਦਿਹਾੜੀ ਘਰ ਬੈਠੀ ਰਹਿੰਦੇ ਆ। ਆਪਾਂ ਹੋ ਜੀਏ ਅੱਡ। ਚਾਰ ਫੁਲਕੇ ਲਾਇਆ ਕਰਾਂਗੀ ਦੋ ਤੇਰੇ ਲਈ। ਖਾਲੀ ਥਾਂ ਭਰ ਜਾਓ। ਮੇਰੇ ਹੱਥ ਘਾ ਜਾਂਦੇ ਕੰਮ ਕਰਦੀ ਤੇ ਇਹ ਸਾਰੀ ਦਿਹਾੜੀ ਮੰਜੇ ਤੋੜਦੇ ਤੇ। ਇਸ ਕਰਕੇ ਮੈਂ ਤੇਰੇ ਮਾਪੇ ਨਾਲ ਉੱਚੀ ਬੋਲੋ ਜੀ। ਹੁਣ ਉੱਠ ਕੇ ਨਾ ਜਾਇਓ ਤਗੜੇ ਹੋ ਕੇ ਸੁਣੀ ਜਾਇਓ ਜਿਹੜੇ ਘਰ ਲਾਈਵ ਸੁਣ ਰਿਆ ਮੇਰੀ ਬੇਨਤੀ ਟੀਵੀ ਬੰਦ ਨਾ ਕਰਿਓ ਤੁਹੀ ਸੁਣਨਾ ਪੈਣਾ ਇਹ ਭਾਈ ਗੁਰਦਾਸ ਜੀ ਕਹਿ ਰਹੇ ਮੈਂ ਥੋੜਾ ਕਹਿ ਰਿਆਂ ਕੁਝ ਪਤਨੀ ਬਾਹੋਂ ਫੜ ਕੇ ਪਤੀ ਨੂੰ ਪਰਾਂ ਲੈ ਕੇ ਕਹਿੰਦੀ ਮੈਂ ਤੇਰੇ ਮਾਂ ਬਾਪ ਨਾਲ ਉੱਚੀ ਵਾਸਵਾਦ ਆ ਗਿਆ ਇਦਾਂ ਬੋਲੋ ਮੈਂ ਤੇਰੇ ਮਾਂ ਬਾਪ ਨਾਲ ਨਹੀਂ ਰਹਿਣਾ ਪਰ ਉਹ ਇਹ ਭੁੱਲ ਗਈ ਪਿੱਛੇ ਮੇਰਾ ਵੀ ਭਰਾ ਵਾ ਉਹਦੀ ਵੀ ਘਰ ਵਾਲੀ ਆਈ ਆ ਜੇ ਉਹਨੇ ਮੇਰੇ ਮਾਂ ਬਾਪ ਨੂੰ ਕਹਿਤਾ ਜਾਂ ਮੇਰੇ ਭਰਾ ਨੂੰ ਮੇਰੀ ਪਰਜਾਈ ਨੇ ਕਹਿਤਾ ਤੇ ਫਿਰ ਮੇਰੀ ਮਾਂ ਨੇ ਕਿ ਇਹਨੂੰ ਫੋਨ ਕਰਨਾ ਭਲਾ ਉੱਚੀ ਬੋਲੋ ਮੈਨੂੰ ਮੈਨੂੰ ਕਹਿਣਾ ਵੀ ਤੂੰ ਸਰਪੰਚ ਬਣ ਕੇ ਆ ਹੁਣ ਤੂੰ ਸਾਡੇ ਘਰ ਦੇ ਆਣ ਕੇ ਜਿੰਨਾ ਘਰਾਂ ਚ ਨਨਾਨਾ ਹੱਤੋਂ ਬਾਦ ਪੇਕਿਆਂ ਚ ਦਖਲ ਦੇਣਾ ਘਰ ਦੀ ਛੱਤ ਪਾਟੂ ਪਾਟੂ ਤੇ ਸੌ ਆਤਰਸਾ ਬਜ਼ੁਰਗੋ ਬੋਲੋ ਤੁਹਾਨੂੰ ਤਾਂ ਜਿਆਦਾ ਤਜਰਬਾ ਸਿਆਣੇ ਮਾਪੇ ਬੰਦ ਹੁੰਦੇ ਸੀ ਧੀ ਨੂੰ ਧੀਏ ਆਪਣੇ ਘਰ ਦਾ ਆਪ ਜਾ ਕੇ ਜੇਠ ਸਾਨੂੰ ਆਪਣੇ ਘਰ ਦੀ ਲੜਾਈ ਆਪ ਨੂੰ ਜਿਸ਼ਣੀ ਆਉਂਦੀ ਹੈ ਇੱਜ਼ਤ ਇਸੇ ਗੱਲ 'ਚ ਆਪਾਂ ਸਾਰੇ ਭੈਣਾ ਭਰਾਵਾਂ ਵਾਲੇ ਬੈਠੇ ਆ ਉਹਨੂੰ ਕਹੋ ਧੀਏ ਤੇਰਾ ਫਰਜ਼ ਬਣਦਾ ਤੂੰ ਆਪਣਾ ਘਰ ਸੰਭ ਜਾ ਕੇ ਤੂੰ ਦੂਆ ਜਾ ਕੇ ਦਖਲ ਨਾ ਦੇ ਸਾਨੂੰ ਆਪਣਾ ਘਰ ਸੰਭਣਾ ਆਉਂਦਾ ਹੈ ਦੋਵੇਂ ਪਾਤਰ ਪੇਸ਼ ਕਰਾਂਗੇ ਆਪਾਂ ਸੁਜੇ ਘਰ ਦੀ ਧੀ ਤੇ ਕੁਜੇ ਦੇ ਧਰਦੀ ਧੀ ਦੋਹਾਂ ਦੇ ਦੋਹਾਂ ਦੇ ਪਾਤਰ ਤੇ ਜਿਸ ਘਰ 'ਚ ਧੀ ਦੇ ਪੇਕਾ ਪਰਿਵਾਰ ਵਾਲੇ ਯਾਨੀ ਕਿ ਮੰਮੀ ਜੀ ਧੀ ਜੀ ਮੰਮੀ ਜੀ ਹੱਦੋਂ ਬਾਅਦ ਦਖਲ ਦੇਵੇ ਉਥੇ ਵੀ ਘਰ ਸੌਖਾ ਇਹ ਸਾਰੀਆਂ ਗੱਲਾਂ ਬਾਣੀ ਚ ਭਾਈ ਗੁਰਦਾਸ ਜੀ ਨੇ ਵਾਰਾਂ ਚ ਲਿਖੀਆਂ ਹੋਈਆਂ ਪਰ ਅਸੀਂ ਕਦੀ ਵਾਰਾਂ ਤੇ ਭਾਈ ਗੁਰਦਾਸ ਦੇ ਕਬਤੇ ਪੜ ਕੇ ਜਾਂ ਬਾਣੀ ਅਸੀਂ ਤਾਂ ਖੰਡ ਪਾੜ ਕਰਾ ਛੱਡੇ ਉਹ ਵੀ ਬਾਬਿਆਂ ਕੋਲੋਂ ਵੀ ਤੁਸੀਂ ਕਰ ਦੋ ਸਾਡੇ ਕੋਲ ਪੇਟਾ ਲੈ ਲਿਓ ਪਤਨੀ ਨੇ ਬਾਹੋਂ ਫੜ ਕੇ ਪਤੀ ਨੂੰ ਪਰਾਂ ਕਿਹਾ ਵੀ ਮੈਂ ਤੇਰੇ ਮਾਪੇ ਨਾਲ ਨਹੀਂ ਜਾ ਸਕਦਾ ਨਹੀਂ ਰਹਿ ਸਕਦਾ ਉਹਨੇ ਪੁੱਛਿਆ ਕਾਰਨ ਹੁਣ ਕਾਰਨ ਹੈ ਕੋਈ ਨਹੀਂ ਸੋਨੇ ਬਣਾਤਾ ਕੋਲੋਂ ਵੀ ਇਹ ਚੜਚੜ ਕਰਦੇ ਆ ਮੈਨੂੰ ਇਦਾਂ ਕਹਿੰਦੇ ਆ ਮੈਨੂੰ ਐ ਕਹਿੰਦੇ ਆ ਹੁਣ ਸੁਣਿਓ ਉਹ ਵੀ ਪਿਆਰ ਚੰਨਾ ਸੀ ਅੱਗੇ ਹੋਂ ਨਿਤ ਕੰਤ ਕਮੰਤ ਦੇ ਨੋ ਨੇਤਾ ਕੀ ਦੇ ਕਮੰਦ ਕੁਮੰਤ ਕੀ ਹੁੰਦੀ ਭਲਾ ਪੁੱਠੀ ਮਤ ਵੇਰ ਇਹ ਹੋਵਣ ਸੱਸ ਵਗੋਈ ਹੁਣ ਵੇਰ ਲਾ ਪੀਦਾ ਹੁਣ ਘਰ ਚ ਡਾਂਗ ਛੋਟਾ ਹੁਣ ਵੇਖਣ ਦਾ ਇਹਦਾ ਵੇਖਣ ਦਾ ਤਰੀਕਾ ਵੀ ਬਦਲ ਗਿਆ ਲੱਖ ਉਪਕਾਰ ਵਿਚ ਅਛਾ ਜੇ ਤੇ ਸਿਆਣਾ ਹੁੰਦਾ ਕਿ ਨਾ ਭਾਗਾਂ ਵਾਲੀ ਇਹ ਜਨਾ ਕਹ ਤੇਰਾ ਵੀ ਪਿੱਛੇ ਭਰਾ ਵਾ ਤੇਰੀ ਵੀ ਪਿੱਛੇ ਪਰਜਾਈ ਹੈ ਇਦਾਂ ਨਾ ਕਹ ਉਹਨੇ ਕੀ ਕੀਤਾ ਲੱਖ ਉਪਕਾਰ ਵਿਚਾਰ ਕੈ ਪੁੱਤ ਕੋ ਪੁੱਤ ਚਖੀ ਉੱਠ ਛੋਈ ਲੱਖਾਂ ਉਪਕਾਰ ਭਲਾਤੇ ਉਹ ਜਦੋਂ ਮੈਂ ਬਿਮਾਰ ਹੁੰਦਾ ਸੀ ਮੇਰੇ ਮੂੰਹ 'ਚ ਜੁਵੈਣ ਚਿੱਤ ਚਿੱਤ ਕੇ ਮੇਰੀ ਮਾਂ ਪਾਉਂਦੀ ਰਹੀ ਉਹ ਸਰਦੀਆਂ ਦੇ ਦਿਨਾਂ 'ਚ ਮੈਂ ਪਿਸ਼ਾਬ ਕਰ ਦਿੰਦਾ ਸੀ ਆਪ ਗਿੱਲੇ ਥਾਂ ਤੇ ਪੈਂਦੀ ਸੀ ਮੈਨੂੰ ਸੁੱਕੇ ਥਾਂ ਤੇ ਪਾਉਂਦੀ ਸੀ ਮੇਰੀ ਮਾਂ ਨੇ ਵਿਆਹ ਜਾਣਾ ਮੈਂ ਕਿਤੇ ਮਲ ਮੂਤਰ ਕਰ ਦੇਣਾ ਉਹਨੇ ਕੱਪੜੇ ਪਾਏ ਹੋਣੇ ਤਿਆਰ ਹੋ ਕੇ ਤੁਰ ਲੱਗਣਾ ਉਹਨੇ ਬੜੇ ਸਹਿਜ ਨਾਲ ਮੈਨੂੰ ਫੇਰ ਤਿਆਰ ਕਰਨਾ ਫੇਰ ਕੱਪੜੇ ਬਦਲਨੇ ਬੜੇ ਸਹਿਜ ਨਾਲ ਫੇਰ ਨਾਲ ਲੈ ਕੇ ਤੁਰਪਣਾ ਇਹ ਮਾਂ ਦੇ ਏਸੀ ਆਇਆ ਬੱਚਾ ਸਰੀਰ ਦੀ ਕਿਰਿਆ ਵੀ ਕਈ ਵਾਰੀ ਗੋਦ ਵਿੱਚ ਕਰ ਦਿੰਦਾ ਤੇ ਲਾਗੇ ਰੋਟੀ ਖਾ ਰਹੀ ਹੁੰਦੀ ਇਹ ਮਾਮਾ ਨੂੰ ਪਤਾ ਵੱਡੀ ਉਮਰ ਦੀਆਂ ਨੂੰ ਹੁਣ ਤਾਂ ਸਾਧਨ ਬੜੇ-ਬੜੇ ਆ ਗਏ ਹੁਣ ਤੇ ਡਾਈਪਰ ਆ ਗਏ ਕਈ ਕੋ ਸਿਸਟਮ ਆ ਗਿਆ ਉਹਨਾਂ ਬਜ਼ੁਰਗ ਮਾਮਾ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਬੱਚੇ ਕਿਦਾਂ ਪਾਲੇ ਆ ਕਿਹਦੀ ਬੱਚਾ ਸ੍ਰੀ ਰੋਟੀ ਅਜੇ ਮਾਂ ਨੇ ਅੱਧੀ ਰੋਟੀ ਖਾਧੀ ਤੇ ਵਿੱਚੇ ਮਾਂ ਬੱਚੇ ਨੇ ਸਰੀਰ ਦੀ ਕਿਰਿਆ ਤੇ ਉਹ ਬੱਚਾ ਮਾਂ ਨੇ ਬੜੇ ਧੀਰਜ ਨਾਲ ਆਪਣੀ ਰੋਟੀ ਮੁਕਾਈ ਹੈ ਜਾਂ ਰੋਟੀ ਵਿੱਚੇ ਛੱਡ ਦਿੱਤੀ ਆ ਪਹਿਲਾਂ ਜਾ ਕੇ ਬੱਚੇ ਨੂੰ ਸੰਭਿਆ ਉਹ ਭਲਿਆ ਤੈਨੂੰ ਆਪਣੀ ਮਾਂ ਦਾ ਉਹ ਦਿਨ ਭੁੱਲ ਗਿਆ ਇਹ ਨੂੰ ਸਮਾਂ ਵਿਸਰ ਗਿਆ ਅੱਜ ਫੁੱਲ ਲੈ ਕੇ ਤੁਰੇ ਫਿਰਦਾ ਮਾਂ ਦੇ ਮਗਰ ਮਗਰ ਕਿ ਮੈਨੂੰ ਬੜੀ ਮਾਂ ਬੜਾ ਮੈਂ ਪਹਿਲਾਂ ਕਹਤਾ ਵੀ ਐਨਾ ਜਾਰਵਿਸ ਨੇ ਜਿਹੜਾ 1907 ਵਿੱਚ ਸ਼ੁਰੂ ਕੀਤਾ ਸੀ ਇਸ ਭਾਵਨਾ ਨਾਲ ਸ਼ੁਰੂ ਕੀਤਾ ਸੀ ਕਿ ਲੋਕਾਂ ਨੂੰ ਕਿਤੇ ਮਾਂ ਭੁੱਲ ਨਾ ਜਾਏ ਪਰ ਸਮਾਂ ਪਾ ਕੇ 1924 ਕਮਰਸ਼ਲ ਬਣ ਗਿਆ ਲੋਕ ਕਾਰਡ ਦੇਣ ਲੱਗ ਪਏ ਤੇ ਕਾਰਡ ਲੈਣ ਲੱਗ ਪਏ ਲੱਖ ਉਪਕਾਰ ਵਿਸਾਰ ਕੈ ਪੁੱਤ ਕੋ ਪੁੱਤ ਚੱਕੀ ਉੱਠ ਛੋਈ ਪੁੱਤ ਵੀ ਆਪਣੀ ਮੰਨ ਦਾ ਮਾਂ ਬੱਸ ਸੁਣ ਐਦਾਂ ਕਹਦਾ ਮਾਂ ਬੱਸ ਹੁਣ ਅਸੀਂ ਦੋਵੇਂ ਜੀ ਤੁਹਾਡੇ ਨਾਲ ਉੱਚੀ ਬੋਲੋ ਨਹੀਂ ਰਹਿ ਸਕਦੇ ਇੱਕ ਹੁੰਦਾ ਖੁਸ਼ੀ ਨਾਲ ਕਿਤੇ ਪੁੱਤਰ ਕਾਰੋਬਾਰ ਕਰਦਾ ਜਾਂ ਨੌਕਰੀ ਐਦਾਂ ਦੀ ਆ ਉਥੇ ਮਾਂ ਬਾਪ ਖੁਸ਼ੀ ਨਾਉਂਦੇ ਆ ਤੁਸੀਂ ਪੁੱਤਰ ਆਪਣੀ ਜ਼ਿੰਦਗੀ ਜਿਓ ਜਾ ਕੇ ਉਥੇ ਜੌਬ ਕਰਦੇ ਦੋਵੇਂ ਜੀ ਉਥੇ ਇਹ ਇੱਕ ਅਲੱਗ ਵਿਸ਼ਾ ਵਾ ਉਹ ਵੀ ਫੇ ਆਉਂਦੇ ਜਾਂਦੇ ਰਹਿੰਦੇ ਆ ਇਹ ਇੱਕ ਅਲੱਗ ਟੌਪਿਕ ਆ ਪਰ ਜਿੱਥੇ ਜਾਣਾ ਵੀ ਕਿਤੇ ਨਹੀਂ ਉੱਥੇ ਵੀ ਦਿਮਾਗ 'ਚ ਆ ਜੇ ਕਿ ਹੁਣ ਅਸੀਂ ਦੋਵੇਂ ਜੀ ਤੁਹਾਡੇ ਨਾਲ ਸਾਡੀ ਪ੍ਰਾਈਵੇਸੀ ਆ ਪਰ ਉਹਨਾਂ ਨੂੰ ਇਹ ਚੇਤਾ ਭੁੱਲ ਗਿਆ ਵੀ ਕਦੀ ਸਾਡੇ ਬੱਚਿਆਂ ਦੀ ਵੀ ਪ੍ਰਾਈਵੇਸੀ ਹੋਣੀ ਆ ਸਾਧ ਸੰਗਤ ਜੀ ਇੱਕ ਬੇਨਤੀ ਕਰਾਂ ਇੱਕ ਸਮਾਂ ਆਉਂਦਾ ਬਜ਼ੁਰਗਾਂ ਨੂੰ ਸਾਡੇ ਕੋਲ ਚਾਹੀਦਾ ਕੁਝ ਨਹੀਂ ਵੀ ਤੁਸੀਂ ਕੀ ਸਮਝੋ ਸਾਰੀਆਂ ਬਿਮਾਰੀਆਂ ਦੀ ਜਿਹੜੀ ਜਿਹੜਾ ਇਲਾਜ ਆ ਦਵਾਈਆਂ ਨਾ ਮੈਂ ਆਪਣੇ ਤਜਰਬੇ ਤੋਂ ਗੱਲ ਕਹਿ ਰਿਹਾ ਅਸੀਂ ਤਿੰਨ ਪਰਾਇਕੇ ਘਰ 'ਚ ਰਹਿੰਦੇ ਆ ਮੈਂ ਸਾਰਾ ਦਿਨ ਜਦੋਂ ਜਦੋਂ ਵੀ ਕਿਤੇ ਵਿਚਰ ਕੇ ਦਿਨ ਤੱਕ ਆਪਣੀ ਮਾਂ ਦੇ ਬੈੱਡ ਤੇ ਮੰਜੇ ਤੇ ਬਹਿ ਕੇ ਉਹਦੇ ਨਾਲ ਗੱਲ ਨਾ ਕਰ ਲਵਾਂ ਸੱਚ ਉਹ ਤੱਕ ਇਹ ਲੱਗਦਾ ਵੀ ਅੱਜ ਦਿਨ ਮੁਕੰਮਲ ਨਹੀਂ ਹੋਇਆ ਇਥੋਂ ਵੀ ਰੋਜ਼ਾਨਾ ਰੋਜ਼ ਰੂਟੀਨ 'ਚ ਇੱਕ ਵਾਰ ਜਾਂ ਦੋ ਵਾਰ ਮੈਂ ਰੋਜ਼ ਮਾਂ ਨਾਲ ਗੱਲ ਕਰਨੀ ਹੈ ਇਹ ਮੈਂ ਪਹਿਲਾਂ ਕਹਤਾ ਜਿੰਨਾ ਕੋਈ ਚੀਜ਼ਾਂ ਨਹੀਂ ਹੁੰਦੀਆਂ ਖੁੱਸ ਜਾਂਦੀਆਂ ਫੇਰ ਪਤਾ ਲੱਗਦਾ ਸਾਨੂੰ ਕਦਰ ਕਰੋ ਜਿੰਦੇ ਜੀ ਮਗਰੋਂ ਦੇਸੀ ਕਿ ਉਹਦੇ ਟੀਨ ਮੂੰਹ 'ਚ ਪਾਉਣ ਦਾ ਕੋਈ ਲਾਭ ਨਹੀਂ ਮਗਰੋਂ ਮੰਜੇ ਬਿਸਤਰੇ ਰਜਾਈਆਂ ਤਲਾਈਆਂ ਕੌਲੀਆਂ ਚਮਚੇ ਸਰਾਣੇ ਗਲਾਸ ਮਹਿੰਗੀਆਂ ਜੁੱਤੀਆਂ ਐਦਾਂ ਪੰਡ ਬਣ ਕੇ ਨਾ ਐਦਾਂ ਅੱਗੇ ਰੱਖਦੇ ਇਹ ਮਹਾਰਾਜ ਵਿਛੜੀ ਆਤਮਾ ਨੂੰ ਪਚਾਓ ਲਓ ਜੀ ਦੱਸੋ ਜੀ ਪਹਿਲਾ ਜੁੱਤੀ ਆਤਮਾ ਨੇ ਪਾਉਣੀ ਕਿ ਸਰੀਰ ਨੇ ਬੋਲ ਕੇ ਦੱਸਿਓ ਪਹਿਲਾ ਮਗਰੋਂ ਸਮਾਨ ਪਚਾਰੇ ਹੁੰਨੇ ਆਪਾ ਮਗਰੋਂ ਜਿਉਂਦੇ ਜੀ